ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਨੂੰ ਪ੍ਰੋਗਰਾਮ ਸੀਗਾ ਕੋਈ ਸਕੂਲ 'ਚ ਪ੍ਰੋਗਰਾਮ ਆ ਤਾਂ ਕਰਕੇ ਸਾਨੂੰ ਜਾਣਾ ਅਤੇ ਉੱਥੇ ਜਾ ਕੇ ਆਪਾਂ ਵਲੋਗ ਵਲੋਗ ਕਰ ਲਾਂਗੇ ਸ਼ੂਟ ਥੋੜ੍ਹਾ ਬਹੁਤਾ, ਠੀਕ ਆ। ਅਤੇ ਹੁਣ ਇਹ ਬੱਚਿਆਂ ਦਾ ਵੇਟ ਕਰਦੇ ਹਾਂ ਆਉਣ ਦਾ, 10 ਵਜੇ ਆਪਾਂ ਜਾਣਾ ਆ, ਮਤਲਬ 10 ਕਹਿ ਰਹੇ ਹਾਂ, 9:30 ਵਜੇ ਤੱਕ ਆਪਾਂ ਇੱਧਰੋਂ ਨਿਕਲ ਜਾਣਾ, ਠੀਕ ਆ। ਅਤੇ ਨਾਲ ਸਾਨੂੰ ਮੈਂ ਜਾਵਾਂਗਾ, ਮੈਂ ਤਾਂ ਬਾਈਕ 'ਤੇ ਜਾਵਾਂਗਾ ਨਿਸ਼ਾਨ ਸਾਹਿਬ ਆਪਣੇ ਪਿੱਛੇ ਰੱਖ ਕੇ। ਅਤੇ ਹੁਣ ਵੇਟ ਕਰਦੇ ਹਾਂ ਬੱਚਿਆਂ ਦੇ ਆਉਣ ਦਾ, ਫਿਰ ਤੁਹਾਨੂੰ ਦੱਸ ਦਿਓ ਕਿੱਦਾਂ ਕੀ ਅਤੇ ਕਿੱਧਰ ਜਾਣਾ ਆਪਾਂ। ਵੇਟ ਕਰਦੇ ਹਾਂ ਬੱਚਿਆਂ ਦੇ ਆਉਣ ਦਾ। ਚਲੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਹੜਾ ਆਪਾਂ ਲਿਆ ਸੀ ਮੈਂ, ਚਲੋ ਗਿਆ ਤਿਆਰ। ਅਤੇ 2-3 ਬੰਦੇ ਆਉਣ ਦੀ ਲੋੜ ਆ, ਅਤੇ ਆ ਗਏ ਨੇ 2 ਬੰਦੇ ਹੋਰ ਨੇ, ਤੀਜਾ ਬੰਦਾ ਆ ਰਿਹਾ ਤਾਂ ਦੁਮਾਲਾ ਜਾਣਾ ਆਪਾਂ। ਕਿੱਧਰ ਕਿੱਧਰ ਉਹ ਗਿੱਲਾ ਪਿਆ ਜੇ, ਤੇਰਾ ਕਮਰ ਕੱਸਾ ਗਿੱਲਾ ਆ, ਕਮਰ ਕੱਸਾ ਗਿੱਲਾ ਜੇ। ਚਲੋ ਹੁਣ ਆਪਾਂ ਵੇਟ ਕਰਦੇ ਹੋਰ ਬੰਦੇ ਆਉਣ ਦੀ, 1, 2, 3, 4। ਅਤੇ ਹਰਜਸ ਰਹਿੰਦਾ ਜੇ, ਹਰਜਸ ਅਤੇ ਜੱਸੀ ਹੈ ਨਾ, ਹਰਜਸ ਛੋਟੇ ਵਾਲਾ ਵੀ ਆ ਰਿਹਾ ਜੀ, ਹਰਜਸ ਅਤੇ ਜੱਸੀ ਰਹਿੰਦੇ ਆ। ਮੈਂ ਦੋਵਾਂ ਨੂੰ ਕਾਲ ਕਰੀ ਪੁੱਛਦਾ ਕਿੱਧਰ ਕਿੱਧਰ ਆਈਏ। ਗੁਰਪ੍ਰੀਤ ਕੌਣ? ਮੈਨੂੰ ਨਹੀਂ ਪਤਾ ਉਹਦਾ ਬਾਈ, ਆਊਗਾ ਆਪਣੀ ਮਰਜ਼ੀ ਨਾਲ ਆਊਗਾ, ਮੈਨੂੰ ਨਹੀਂ ਕਿਹਾ ਕਿਸੇ ਨੇ ਬਾਈ, ਮੈਨੂੰ ਨਹੀਂ ਆਇਆ ਨਾ, ਮੈਂ ਤਾਂ ਉਹਨੂੰ ਹੀ ਲੈ ਕੇ ਜਾਵਾਂਗਾ ਜਿੱਦਾਂ ਮੇਰੇ ਕੋਲ ਕਾਲ ਹੈ। ਸਾਕਸ਼ੀ ਜੀ ਨੇ ਮੈਨੂੰ ਜਿਨੇ ਜੀ ਦੇ ਬੱਚੇ ਦਾ ਕਹਾ, ਮੈਂ ਉਹਨਾਂ ਨੂੰ ਲੈ ਕੇ ਜਾ ਰਿਹਾ ਜੀ। ਗਿੱਲੀ ਨਹੀਂ ਆਇਆ ਬਾਬਾ ਜੀ, ਕਰਕੇ ਲਾਇਆ ਹੈ, ਵਾਹ ਸ਼ਾਬਾਸ਼, ਠੰਡ ਮੇਂ ਗੀਲੀ ਕਰਕੇ ਲਾਏ ਆ ਸਿੰਘ। ਚਲੋ ਹੁਣ ਬੰਦੇ ਆ ਤਾਂ ਦੁਮਾਲਾ ਬੰਦੇ ਆ, ਫਿਰ ਚੱਲਦੇ ਆ ਅੱਗੇ। अच्छा वो उसमें भी मैं हूँ आगे, अभी अभी हाँ बता, करेंटली 1, 2 हाँ, 3 तो किधर गया, 3, 4 हाँ, 5, 6 ये ना। अब मेरे गिनो, 1 हो गया 2 ठीक है ना, 3, 4 5, 6 7 ओ त्री को गया भाई, बता मेरे गिन लो, 4 ਆ ਜਾਂਦੇ ਗਿਣਾ ਬਣਾ ਲਿਆ ਮੈਂ। ਯੇ